सो गई तो तूने सुता कोई नहीं है मम्मी पोठे ने अभी मम्मी के सामने खत्म करनी है हैं जी ਭਰਾਵਾ ਮੇਰੀ ਗੱਲ ਸੁਣੋ ਅਸੀਂ ਪਹਿਲੇ ਬਰਿਆਨੀ ਖਾਧੀ ਇੱਕ ਇੱਕ ਡੱਬੇ ਹੁਣ ਬਰਿਆਨੀ ਦਾ ਫਾਲਤੂ ਕਰਨ ਦਾ ਜਿਹੜਾ ਕੰਮ ਆਖਿਆ ਉਹ ਕਰ ਮੈਂ ਵੇਲੀ ਨਹੀਂ ਹੈਗੀ ਚੱਲ ਯਾਰ ਉਹ ਦੇਖ ਡੋਲਾਂ ਨੇ ਸ਼ੁਰੂ ਵੀ ਕਰ ਦਿੱਤਾ ਯਾਰ ਚਲੋ ਇਹ ਚੋੜ ਚੋੜ ਜੇ ਕਰਨ ਦੇ ਦੇਖੀ ਦਾ ਹਾਲ ਕੀ ਹੋ ਰਿਹਾ ਇਹਨੂੰ ਬਾਥਰੂਮ ਨਹੀਂ ਲੱਭਣਾ ਭੱਜਣ ਬਬੀ ਚੈਲੰਜ ਕਰਦੇ ਪਿਆ ਆਪਾਂ ਵਿੰਡੋ ਤੋਂ ਬਾਹਰ ਵਾਸ਼ਰੂਮ ਕਰ ਸਕਦੇ ਹਾਂ ਨਹੀਂ ਬਹੁਤ ਔਖਾ ਯਾਰ ਜੇ ਬਾਥਰੂਮ ਜਾਣਾ ਵਿੰਡੋ ਦੀ ਬਾਹਰ ਆਏ ਖਤਮ ਕਰ ਵਿੰਡੋ ਦੇ ਬਾਹਰ ਤਾਂ ਪਾਣੀ ਪਾਣੀ ਵਾਲਾ ਕੰਮ ਬਹੁਤ ਔਖਾ ਹੋ ਗਿਆ ਯਾਰ ਮੈਂ 1 ਮਿੰਟ ਮੈਂ ਸਾਰੇ ਮੁੰਡਿਆਂ ਨੂੰ ਕੀ ਕਿਹਾ ਮੈਂ ਕਿਹਾ ਪਰ ਰੋਟੀ ਰੋਟੀ ਖਾ ਲੈਣੀ ਆ ਮੰਮੀ ਨੇ ਫਿਰ ਬੋਤਲ ਲੈ ਕੇ ਆਣੀ ਪਾਣੀ ਦੀ ਉਹੀ ਗੱਲ ਹੋਈ ਤੇ ਫਿਰ ਪਾਣੀ ਆ ਦੇਖੀ ਇੱਕੋ ਢੀਕ ਚ ਭਾਈ ਨਹੀਂ ਉਲਟੀ ਆਏ ਨਹੀਂ ਹਾਂ ਮੇਰੇ ਕੋ ਵੀ ਹੋਈ ਹੋਰ ਇੱਛਾ ਹੀ ਨਹੀਂ ਪਾਣੀ ਪੀਣ ਦੀ ਇਹ ਫੜਿਓ ਪੱਬੀ ਵੜ ਲਓ ਥੋੜਾ ਜਿਹਾ ਰਹਿ ਗਿਆ ਹੁਣ ਤਾਂ ਸਟਾਰਟ ਵੀ ਨਹੀਂ ਹੋਇਆ ਅੰਚ ਤੂੰ ਪੀਣਾ ਡਕਾਰਾ ਇੱਕ ਡਕਾਰਾ ਜੇ ਨਾ ਫਿਰ ਥੋੜਾ ਥੱਲੇ ਚੱਲ ਜਾਊਗਾ ਸਿਸਟਮ ਰੋਟੀ ਵਾਲੀ ਤੇ ਰੋਟੀ ਨਹੀਂ ਹੈ ਫਸਟ ਸਟਾਰਟ ਹੋਣੀ ਹੈ ਪ੍ਰੋਪਰ ਇੰਗਲਿਸ਼ ਟਾਇਲਟ ਮਿਲ ਜਾਏ ਤਾਂ ਆਪ ਕੀ ਕਰੋਗੇ ਅਗਨਾ ਪਸੰਦ ਕਰੇਗਾ ਅਗਨਾ ਪਸੰਦ ਇਹ ਟੱਟੀ ਖਾਣੀ ਪਸੰਦ ਕਰੂਗਾ ਜਲਦੀ ਕਰ ਜਲਦੀ ਮੈਂ ਜਾਣਾ ਮੈਂ ਤਕੜੀ ਤੋਂ ਰਹਿਣਾ ਮੰਮੀ ਟਾਈਮ ਕਿੰਨਾ ਹੋ ਗਿਆ 341 ਸਾਨੂੰ 41 ਮਿੰਟ ਗੱਡੀ ਦੇ ਵਿੱਚ 24 ਘੰਟੇ ਨਿਕਾਲ ਲਿਆ ਵੀ ਵਿਦਆਊਟ ਸੋਏ ਕੋਲੀ ਹੋਲੀ ਬੀਵਾਂਗੇ ਅਚਾਨਕ ਅਚਾਨਕ ਬਿੱਤੇ ਮੈਂ ਵੀ ਅਚਾਨਕ ਬਿੱਤਰ ਮੈਨੂੰ ਵੀ ਜੱਕ ਚੜਿਆ ਜੱਕ ਚੜਦਾ ਉਲਟੀ ਆਂਦੀ ਪਈ ਹੈ ਮੰਮੀ ਤੁਹਾਨੂੰ ਕੀ ਲੱਗਦਾ ਕੌਣ ਜਿੱਤੂਗਾ ਪਾਣੀ ਦੀ ਝੈਣੀ ਬਿਲਕੁਲ ਵੀ ਹਾਈ ਇੱਕ ਜਾਨ ਤੁਸੀਂ ਉਹ ਦੇਖ ਲਓ ਇੱਕ ਜਾਨ ਮੈਂ ਆਪਣੇ ਆਪ ਨੂੰ ਕਹਿੰਦਾ ਪਰ ਮੇਰੀ ਮੰਮੀ ਚਾਨ ਇਹ ਜਿਹੜਾ ਚਾਂਦ ਹੋਇਆ ਤੂੰ ਪਾਣੀ ਵੀ ਬੜਾ ਗੰਦਾ ਚਾਂਦ ਹੈ ਹੁਣ ਇੱਕ ਬੋਤਲ ਹੋਰ ਲੈਣ ਦੋ ਪਿਆ ਇਹ ਕਿਹੜੀ ਗੱਲ ਹੈ ਇਹ ਕਿਹੜੀ ਗੱਲ ਮੈਂ ਦੇਣੀ ਹੈ ਨਾ ਮੈਂ ਜੋਰ ਜੀ ਕਰਾਂ ਇਹ ਗਲਤ ਗੱਲ ਆ ਮੰਮੀ ਨਹੀਂ ਤੁਸੀਂ ਬਹੁਤ ਸੋਹਣੇ ਹੋ ਮੰਮੀ ਜੀ ਇਹ ਨਹੀਂ ਆ ਚੀਜ਼ ਮੈਂ ਕਰ ਬੈਠਾ ਮੈਂ ਜਿੱਤ ਗਿਆ ਜੀ ਤੁਸੀਂ ਦੇਖ ਗੱਲ ਪਤਾ ਕੀ ਹੈ ਮੈਂ ਕਿਹਾ ਜੋ ਹੈ ਵਾਈਟ ਵਾਈਟ ਛਲਕ ਰਿਹਾ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਤੁਸੀਂ ਜਿੰਨੀ ਮਰਜ਼ੀ ਤਾਰੀਫ ਕਰੋ ਜਿਹੜੀ ਦਿਲੋਂ ਤਾਰੀਫ ਹੋਣੀ ਨਾ ਪਰ ਨਹੀਂ ਇਹ ਤਾਂ ਪਾਰਸ਼ੈਲਿਟੀ ਹੋ ਰਹੀ ਹੈ ਪਾਰਸ਼ੈਲਿਟੀ ਹੋ ਰਹੀ ਹੈ ਭਾਈ ਇਹ ਪਾਰਸ਼ੈਲਿਟੀ ਹੋ ਰਹੀ ਹੈ ਦੇਖੋ ਮੈਂ ਪਾਰਸ਼ੈਲਿਟੀ ਹੋ ਰਹੀ ਹੈ ਤੇ ਹੋ ਰਹੀ ਹੈ ਪਰ ਨਹੀਂ ਉਹ ਪਾਣੀ ਪੀਏਗਾ ਮੈਂ ਦੇਖ ਪਾਣੀ ਪਿਲਾ ਦੇ 200 ਘੱਟ ਕਰੋ ਹੋਰ 1 ਮਿੰਟ ਨਹੀਂ 1 ਮਿੰਟ ਚੈਲੰਜ ਮੈਂ ਦਿੰਦੀ ਵੀ ਤੁਹਾਨੂੰ ਕੀ ਲੱਗਦਾ ਮੈਂ ਇਹ ਕਿਹੜਾ ਗੱਲ ਹੈ ਇਹ ਕਿਹੜਾ ਚੈਲੰਜ ਹੈ ਭਾਈ ਗੱਲ ਇਹ ਕਿਹੜਾ ਚੈਲੰਜ ਮੰਮੀ ਪਾਣੀ ਪੀਏਗਾ ਮੰਮੀ ਅੰਕੂ ਨਹੀਂ ਤੁਹਾਨੂੰ ਛੱਡੇ ਕਿਉਂ ਜੀ ਮੇਰੀ ਗੱਲ ਸੁਣ ਲਓ ਇਹਨਾਂ ਕੇ ਸਾਰਿਆਂ ਨੂੰ ਇਗਨੋਰ ਕਰੋ ਤੁਸੀਂ ਉਹਨੇ ਕਿਹਨੂੰ ਕਿਹਾ ਕਿ ਕੌਣ ਜਿੱਤੂਗਾ ਇਸ ਮੇਰੀ ਕੋ ਬੋਤਲ ਲੈ ਆਇਓ ਇਹ ਸਾਰਿਆਂ ਨੂੰ ਇੱਕ ਇੱਕ ਬੋਤਲ ਹੋ ਦੇ ਦਿਓ ਪਾਣੀ ਪੀ ਤੂੰ ਜਿੱਤਣਾ ਇਹ ਕਿਹੜੀ ਗੱਲ ਹੋਈ ਅੱਛਾ ਮੁੰਡਾ ਅਰੇ ਮੁੰਡਾ ਰਾਜਪੂਤਾ ਮੇਰਾ ਇਹ ਬੰਦੂਖਾ ਦੋ ਬੋਤਲ ਹੋਰ ਆ ਰਹੀ ਮੈਂ ਲੈ ਕੇ ਆਤੀ ਹਾਂ ਕਰਨ ਦੇ ਨਾ ਖੁਦ ਗਿਆ ਤੀਜਾ ਉਹਨੂੰ ਮੱਧੇ ਘੰਟੇ ਬਾਅਦ ਆਪੇ ਫੜਾ ਦੇਣਾ ਐ ਰੋਈ ਨਾ ਕਿ ਤੂੰ ਹੀ ਪੀਤਾ ਉਹਨੂੰ ਨਹੀਂ ਪਿਆਣਾ ਪਿਆਣਾ ਉਹਨੂੰ ਨੇ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਰੋਟੀ ਉਹ ਵੇਖ ਯਾਰ ਹੁਣ ਮੇਰੀ ਇੱਕ ਚੀਜ਼ ਸੁਣੋ ਆ ਆਪਾਂ ਟਾਸਕ ਵੀ ਜਿਹੜੀ ਚੀਜ਼ ਕੀਤੀ ਹੁਣ ਜਿੱਦਾਂ ਮਾਦਾ ਨੇ ਉਹ ਚੀਜ਼ ਤੇ ਰਿਐਕਟ ਕਰਕੇ ਮੇਰੀ ਉਹ ਚੀਜ਼ ਮਾਫ ਕਰਤੀ ਤੁਸੀਂ ਵੀ ਉਹ ਚੀਜ਼ ਕਰ ਸਕਦੇ ਹੋ ਐਦਾਂ ਗੇਮਾਂ ਨਹੀਂ ਖੇਲੀਆਂ ਜਾਂਦੀਆਂ ਤੂੰ ਐਦਾਂ ਨਹੀਂ ਗੇਮਾਂ ਖੇਲੀਆਂ ਜਾਂਦੀਆਂ ਚੱਲ ਤੂੰ ਵੱਡੇ ਮੈਂ ਛੇਤੀ ਕਰ ਇਹ ਸਾਨੂੰ ਮੰਮੀ ਆਣੀ ਹੈ ਬਾਅਦ ਚ 5 ਮਿੰਟ ਚ ਲੈਣ ਕੇ ਹਾਂ ਤੂੰ ਖਾ ਲੈ ਕੱਲਾ ਮੰਮੀ ਨੇ ਮਰਚੀ ਦੀ ਪਹਿਲਾਂ ਹੀ ਸੋ ਖਾਦੀ ਮਰਚੀ ਐਸੀ ਗੰਦੀ ਚੀਜ਼ ਦੇਣੀ ਹੈ ਬਾਅਦ ਚ ਉਹਨੂੰ ਉਲਟੀ ਆਏਗੀ ਤਾਂ ਹੁਣ ਮੰਮੀ ਹੋ ਜਾ ਇਹਨਾਂ ਨੂੰ ਉਲਟੀ ਹੋਣੀ ਮੈਂ ਚਾਹ ਲੈ ਨਹੀਂ ਬਣਾਉਂਦੀ ਥੋੜੇ ਦੇਰ ਬਾਅਦ ਚਾਹ ਨਾ ਬਿਸਕਿਟ ਜਲਦੀ ਕਰ ਸ਼ਰਤ ਇਹ ਹੈ ਕਿ ਚਾਹ ਲੂਣ ਵਾਲੀ ਹੋਣੀ ਚਾਹੀਦੀ ਹੈ ਜਲਦੀ ਕਰ ਮੰਮੀ ਮੈਨੂੰ ਲੱਗਣਾ ਟਾਈਮ ਤੁਹਾਡਾ ਚੈਲੰਜ ਕੀ ਮੈਨੂੰ ਵੀ ਕੋਈ ਚੈਲੰਜ ਜਿਹੜਾ ਮੈਂ ਵੀ 4 ਵਜੇ ਤੱਕ ਬੈਠੀ ਦੀ ਮੰਮੀ ਨਹੀਂ ਤੁਸੀਂ ਸੋ ਜਾਓ ਇਹ ਲੋ ਫੜੋ ਬੋਤਲ ਜਾਓ ਸੋ ਜਾਓ ਓਏ ਪਾਣੀ ਪੀ
ਮੇਰੀ ਗੱਲ ਸੁਣੋ, ਗੱਡੀ ਦਾ ਟਾਇਰ ਪਾੜ ਗਿਆ, ਉਹ ਦੇਖੋ ਥੱਲੇ ਖਰਾਬ ਹੋਏ ਨਾ, ਫਾਇਦਾ ਕੋਈ ਨੀ ਕਿਉਂਕਿ ਆਪਾਂ ਲਾਈਟਾਂ ਵੀ ਗਈਆਂ। ਜਾਣ ਕੇ ਨਾ ਪਤਾ ਕੀ ਲੋੜ ਹੈ, ਇਹਨੇ ਬੈਠਾ ਰਹਿਣਾ, ਜਾਣ ਕੇ ਕੱਢਣ ਦੀ ਕਿ ਇਹ ਨਿਕਲ ਜੇ, ਇਹ ਨਿਕਲ ਜੇ ਤੇ ਲੋੜਾਂ ਚ ਨਿਕਲੂਗਾ। ਪਾਲੀ ਪੈਦਾ ਉਲਟੀਆਂ ਨਾ ਮਾਰੀਆਂ, ਦੇਖੋ ਜੋ ਪਾਣੀ ਦੇਖੀ। ਮੈਂ ਤਾਂ ਦੱਸ 15 ਮਿੰਟ ਨੂੰ ਕੋਈ ਵੀ ਨਾ ਬੁਲਾਉਣ, ਸੋ ਜਾਣਾ ਵਾ ਤੇਰੀ ਵੀ ਚੇਤ, ਜਾਂ ਇਹਨੇ ਸੋ ਜਾਣਾ ਜਾਂ ਇਹਨੂੰ ਟੱਟੀ ਆ ਜਾਣੀ। ਇੱਕ ਡਕਾਰ ਆਈ ਯਾਰ, ਡਕਾਰ ਨਹੀਂ ਆ ਰਿਹਾ, ਪਿੱਛੋਂ ਥੋੜੀ ਡਕਾਰ ਆਉਂਦੀ ਹੈ, ਓਏ ਪਿੱਛੋਂ ਹੀ ਡਕਾਰ ਆਉਂਦਾ ਵਾ, ਪੱਦ ਹੁੰਦਾ ਜਾਂ ਪਿੱਛੋਂ ਆਉਂਦਾ। ਨਹੀਂ ਜਦੋਂ ਬੱਚੇ ਰਹੁੰਦੇ ਡਕਾਰ ਦਵਾਉਂਦੇ ਆਪਾਂ ਛੋਟੇ ਬੱਚੇ ਨੂੰ, ਮੈਂ ਪਿਊਸ ਤੋਂ ਸਿੱਖਿਆ ਸੀਗਾ ਇਹ ਚੀਜ਼ ਕਿ ਬੱਚੇ ਨੂੰ ਡਕਾਰ ਨਹੀਂ ਦਵਾਉਂਦੇ ਤਾਂ ਛਾਤੀ ਨਾਲ ਲਾ ਕੇ। ਬੇਬੀ ਐਲੀਫੈਂਟ ਪਾਣੀ ਸਾਨੂੰ ਇੱਕ ਇੱਕ ਬੋਤਲ ਹੋਰ ਪਿਲਾ ਕੇ ਚੱਲ ਗਏ ਆ, ਤੇ ਥੋੜਾ ਜਿਹਾ ਮਨ ਡਿੱਕ ਹੋ ਗਿਆ ਵਾ ਮੇਰਾ। ਪਦ ਆ ਰਿਹਾ ਕਿਹੜੇ ਪਦ ਦਾ ਸਵੇਰ ਦੇ ਭਰਾਵਾ, ਕਿਹੜੇ ਹੁੰਦੇ 40 ਮਿੰਟ ਹੋਏ ਨੇ ਕਰਕੇ ਤੂੰ ਹੈਡ ਡਾਊਨ ਨਾ ਕਰ। ਆਹੋ ਇਹਨੇ ਪਤਾ ਕੀ ਕੀਤਾ ਹੁਣ, ਇਹਨੇ ਕਰਦਾ ਹੁਣ ਖੜੇ ਪੈਰ ਰੂਲ ਹੈ ਦੇਖ, 5 ਸਕਿੰਟ ਦੀ ਕਲਿੱਪ ਹੋਣੀ ਚਾਹੀਦੀ ਹੈ ਜਿਹਦੀ ਜਿਹਦੇ ਵਿੱਚ ਬੰਦੇ ਦੀ ਅੱਖਾਂ ਇਦਾਂ ਹੋਣ, ਠੀਕ ਹੈ। ਜੇ ਮੇਰੀ 5 ਸਕਿੰਟ ਨਹੀਂ ਸ਼ਰਤ ਲਾ ਲਾ, ਜੇ ਮੇਰੀ 5 ਸਕਿੰਟ ਹੋਏਗੀ ਤੂੰ ਹੁਣੇ ਬਾਹਰ ਹੋਏਗਾ, ਲੈਂਡਿਆ ਇਹ। ਸੋ ਗਾਈਜ਼ ਰੂਲ ਇੱਕ ਹੋਰ ਐਡ ਹੋ ਚੁੱਕਾ ਵਾ, ਮੱਛਰ ਆਉਣਾ ਹੀ ਆਉਣਾ ਯਾਰ, ਕਿ 5 ਸਕਿੰਟ ਜਿਹਦੀ ਅੱਖਾਂ ਇੱਦਾਂ ਬੰਦ ਹੋਣਗੀਆਂ ਉਹ ਗੇਮ 'ਚ ਬਾਹਰ। ਸੋ ਗਾਈਜ਼ ਮਿਲਦੇ ਹਾਂ, ਫਿਰ ਆ ਗਏ ਹੋ, ਮੱਛਰ ਬਹੁਤ ਲੜਦੇ ਪਏ। ਥੈਂਕ ਯੂ, ਮਿਠਾਈ ਹੈ ਠੰਡੀ ਬਰਫੀ ਪਾਣੀ ਪੀ ਰਿਹਾ ਮੰਮਾ, ਬਰਫੀ ਦੇ ਦੋ ਬਰਫੀ, ਤੁਹਾਨੂੰ ਪਤਾ ਖੋਏ ਵਾਲੀ ਬਰਫੀ ਬਹੁਤ ਹੈਵੀ ਆ, ਉਹਨੇ ਬਸ ਕਰਾ ਗਲਤੀ ਕਰ ਬੈਠਾ ਬਰਫੀ ਨਾਲ ਨਾ ਜਿਆਦਾ ਹੋ ਰਹੀ ਹੈ ਮੇਰੀ ਮਾਂ। ਮੱਖਣ ਕਦੋਂ ਲਾਵਾਂ ਮਾਮਾ, ਤੁਹਾਨੂੰ ਤਾਂ ਮੈਂ ਹੀਰੇ ਜਵਾਹਰਾਤ ਨਾਲ ਭਰਾਂਗਾ, ਮੈਨੂੰ ਪੈਸੇ ਆ ਗਏ ਨਾ ਕਰੋੜ ਪਤੇ ਵੀ ਭਰ ਰਿਹਾ ਮਾਮਾ, ਪੈਸੇ ਨਾਲ ਹੀ ਖੁਸ਼ ਹੁੰਦੀ ਹੁੰਦੀ ਪੈਸੇ। ਗੱਲ ਸੁਣੀ ਮੇਰੀ, ਮੇਰੀ ਗੱਲ ਸੁਣੀ ਮੇਰੀ, ਗੱਲ ਸੁਣੀ ਮੇਰੀ, ਗੱਲ ਸੁਣੀ ਮੇਰੀ, ਨਹੀਂ ਮਾਮਾ ਜੀ ਮੈਂ ਕਿੱਥੇ ਸੀ, ਤੈਨੂੰ ਮੈਂ ਇੱਕ ਹੋਰ ਦੇ ਦੇਣੀ ਹੈ। ਮੈਂ ਮੰਮੀ ਹਾਲਾਤਾਂ ਨਾਲ ਸਿਖਾਇਆ ਹੋਇਆ, ਤੁਹਾਨੂੰ ਪਤਾ ਮੈਂ ਚੀਜ਼ਾਂ ਨਾਲ ਗੁਜ਼ਰਿਆ,
ਇਹ ਕਦਰ ਕਰਦੇ ਦੀ ਉਦੋਂ ਪਤਾ ਲੱਗਦੀ ਜਦੋਂ ਬੰਦੇ ਕੋਲ ਚੀਜ਼ ਨਹੀਂ ਹੁੰਦੀ ਕਦਰ ਪਾਣਾ ਹੋ ਗਿਆ ਇਹ ਚੀਜ਼ ਸੱਚੀ ਹੈ ਇਹ ਚੀਜ਼ ਵਲੋਗ ਜੀ ਨਹੀਂ 10 ਮਿੰਟ ਹੋ ਗਿਆ ਜੀ ਵਲੋਗ ਜੀ ਉਹ ਨਹੀਂ ਕਰ ਰਹੇ ਪਰ ਇਹ ਚੀਜ਼ ਸੱਚੀ ਹੈ ਉਹਨੂੰ ਉਹਨੂੰ ਚਿੱਤਰ ਪਏ ਹੋਏ ਨਾ ਪਰ ਉਹਨੂੰ ਪਤਾ ਸਹੀ ਗੱਲ ਹੈ ਮੈਂ ਬ੍ਰੋ ਹਰ ਇੱਕ ਚੀਜ਼ ਨੂੰ ਗੁਜ਼ਰਿਆ ਹਾਂ ਫੁਗਰੀ ਫੁਗਰੀ ਵਿੱਚ ਮਿੱਟੀ ਕੁਛ ਸੇਵਾ ਆ ਕੀ ਹੁੰਦਾ ਮੈਂ ਯਾਰ ਤੂੰ ਪਾਗਲ ਹੈ ਕੀ ਹੋਇਆ ਗੱਡੀ ਆ ਗੱਡੀ ਸਾਰੀ ਹਿੱਲੀ ਐਂ ਛੂ ਹਿੱਲੀ ਇਦਾਂ ਦਾ ਗੱਡੀ ਹਿੱਲੀ ਐ ਉਹ WWE ਚ ਬਿਗ ਸ਼ੋ ਦੇਖਿਆ ਵਾ ਉਹੀ ਐ ਡਰ ਮੈਂ ਥੋੜਾ ਜਿਹਾ ਕੂਪਰ ਕਰੋ ਇਹਦੀ ਕਦਰ ਬਣਨੇ ਬਹਿ ਗਿਆ ਨਾਲ ਮੰਮੀ ਮੈਂ ਇੱਕ ਮਿੰਟ ਸੀ ਔਨ ਕਰ ਦੋ ਇੱਕ ਮਿੰਟ ਬਾਹਰ ਆ ਲਓ ਕਿੱਡੀ ਭਾਰੀ ਐ ਇੱਕ ਦੁੱਖ ਦਾ ਇੱਕ ਦੁੱਖ ਮੰਮੀ ਕਿਹੜਾ ਵੇਰ ਕੱਢ ਰਹੇ ਹੋ ਤੁਹਾਡੇ ਨਾਲ ਚਾਰੇ ਖਾਦੇ ਕਿ ਇਧਰ ਉਧਰ ਪੜੇ ਮੈਂ ਵੀ ਉਹ ਖਾਣ ਦੋ ਆ ਗਿਆ ਵੀ ਟਰੈ ਗਈ ਪਾਣੀ ਵੀ ਖਤਮ ਹੋ ਗਿਆ ਬਰਫੀ ਬਾਏ ਬਰਫੀ ਖਵਾਓ ਪਹਿਲੇ ਬਰਫੀ ਵਗੈਰਾ ਸਾਰਿਆਂ ਨੇ ਖਾ ਲਈ ਓਫੀਸ਼ੀਅਲੀ ਸਾਨੂੰ ਟਾਈਮ ਹੋ ਗਿਆ ਵਾ 4:06 ਫਾਈਨਲੀ ਘੰਟਾ ਕੰਪਲੀਟ ਹੋ ਗਿਆ ਯਾਰ ਕਿ ਬੜਾ ਲੰਬਾ ਘੰਟਾ ਹੀ ਯਾਰ ਐਸਾ ਲੱਗ ਰਿਹਾ 6-7 ਘੰਟੇ ਬੈਠ ਗਏ ਇਹ ਬਹੁਤ ਬਹੁਤ ਬਰਫੀ ਨਹੀਂ ਖਤਮ ਹੋ ਰਹੀ ਬਰਫੀ ਖਾ ਲਾ ਭਰਾਵਾ ਐਦਾਂ ਤੇ ਆਪਾਂ ਵੀ ਕੱਲ ਖਾਵਾਂਗੇ ਵੈਰੀ ਗੁੱਡ ਹੁਣ ਗੱਲ ਇਸ ਤਰ੍ਹਾਂ ਵਾ ਮੱਛਰ ਤਾਂ ਲੜਨ ਦੇ ਚਲੋ ਕੋਈ ਗੱਲ ਨਹੀਂ ਖਾਣ ਦੀ ਇੱਛਾ ਕੁਛ ਨਹੀਂ ਹੈਗੀ ਢਿੱਡ ਬਹੁਤ ਜ਼ਿਆਦਾ ਭਰ ਗਿਆ ਵਾ ਹੁਣ ਇਹ ਪੁੱਛੋ 2 ਬਿਰਿਆਨੀਆਂ ਡੱਬੇ ਅਸੀਂ 4 ਜਣਿਆਂ ਨੇ ਮੈਂ ਘੱਟੋ ਘੱਟ 20 ਰੋਟੀਆਂ 20 ਰੋਟੀਆਂ ਹਾਂ ਠੀਕ ਹੈ ਇੱਕ ਇੱਕ ਪਾਣੀ ਦੀ ਬੋਤਲ 4-4 ਬਰਫੀਆਂ ਇਹ ਟਾਸਕ ਨਹੀਂ ਹੋਣਾ ਚਾਹੀਦਾ ਇਹ ਟਾਸਕ ਹੋਣਾ ਚਾਹੀਦਾ ਬਸ 24 ਆਵਰ ਗੱਡੀ ਦੇ ਵਿੱਚ ਰਹਿਣਾ ਉਹ ਯਾਰ ਡਿਫਿਕਲਟੀਜ਼ ਹੀ ਨਹੀਂ ਆਣਗੇ ਵੇ ਟਾਸਕ ਕਿਦਾਂ ਮਜ਼ਾ ਕਿਦਾਂ ਆਣਾ ਹੁਣ ਡਿਫਿਕਲਟੀਜ਼ ਆਈਆਂ ਮਜ਼ਾ ਆਣਾ ਹੁਣ ਉਤਰਾਂ ਦਾ ਦਿਲ ਕਰਨ ਦੇ ਆਣਾ ਸਾਰਿਆਂ ਦਾ ਹੁਣ ਫਿਰ ਪ੍ਰੋਬਲਮ ਹੈ ਮੈਂ ਤੇਰੀ ਤਾਂ ਟੱਟੀ ਫਸੀ ਦੀ ਹੋਣੀ ਟੱਟੀ ਨਹੀਂ ਫਸੀ ਦੀ ਬਈ ਪਾਣੀ ਇੱਥੇ ਤੱਕ ਆਇਆ ਪਾਣੀ ਜਿਹੜਾ ਨਾ ਜੱਕ ਚੜਦਾ ਹੋਇਆ ਮਜ਼ਾ ਮੂੰਹ ਵਾਲਾ ਸਵੇਰੇ ਬਾਕੀ ਗੱਲ 2.5-3 ਕਿਲੋ ਇਕੱਠੇ ਆਣੇ ਡਿਮਾਂਡ ਆ ਜੂਗੀ ਮੰਮੀ ਦੀ ਕਿ ਸੋਡੇ ਪੀਓ ਇਹ ਕਿਹੜੀ ਗੱਲ ਹੋਈ ਸੋਨੇ ਏਦਾਂ ਦੇ ਨਾਨਾ ਘਰ ਪੁੱਤਰ ਪਿਲਾ ਕੇ ਹੀ ਆਨੇ ਮੰਮੀ ਕਹਿੰਦੇ ਪੀਓ ਫਿਰ ਯਾਰ ਮੁੰਡਿਓ ਯਾਰ ਆਇਆ ਕੀ ਗੱਲ ਹੁਣੇ ਪਾਣੀ ਪੀਤਾ ਵਾ ਯਾਰ ਮੰਮੀ ਇਹ ਚਾਹੁੰਦੇ ਕਿ ਬਲੈਡਰ ਫਟ ਜਾਈ ਇੱਕ ਅੱਧੇ ਲਾ ਲੱਗਾ ਯਾਰ ਮੈਂ ਟਾਈਮ ਲੈ ਪੀਓ ਫਟਾਫਟ ਪਮੀਰੀ ਨੂੰ ਕੁੱਤੇ ਵਰਗਾ ਇੱਕ ਬੰਦਾ ਜੋ ਕਿ ਹਾਰ ਮੰਦਾ ਪਿਆ ਨਹੀਂ ਤੂੰ ਚੱਲਾ ਫਿਰ ਸੋਡਾ ਕਿੱਥੋਂ ਪੀਣ ਦੇ ਛੱਡ ਦੇ ਸੋਡਾ ਛੱਡ ਕੇ ਸੋਡਾ ਕਿੱਥੋਂ ਪੀਣ ਚਲੋ ਨਵੀਂ ਜੀ ਬਾਹਰ ਹੋ ਗਏ ਇਸ ਕੋ ਅੰਦਰ ਲੈ ਜਾ ਜਾ ਏਸੀ ਲਾਸ ਹੋ ਜਾ ਮੇਰੇ ਕਮਰੇ ਚ ਮੈਨੂੰ ਸੂੜੀ ਤੇ ਐ ਬਰੇ ਹੋਇਓ ਗਾਇਸ ਪਹਿਲਾ ਬੰਦਾ ਬਾਹਰ ਹੋ ਚੁੱਕਾ ਵਾ ਉੱਤਰ ਉੱਤਰ ਗੱਡੀ ਚ ਉੱਤਰ ਛੇਤੀ ਕੱਢ ਲੈਂਦੀ ਪਈ ਬਹੁਤ ਜ਼ਿਆਦਾ ਬਸ ਉੱਤਰ 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 ਨਵੀਂ ਲੀਕ ਹੋਈ ਜਾਂਦਾ ਹੀ ਨਵੀਂ ਲੀਕ ਆਪਾਂ ਗੱਗੇ ਕਰ ਸੀਟ ਫਟ ਕੰਮ ਪੈ ਗਏ ਸੋ ਗਾਇਸ ਇੱਥੇ ਦੇਖੋ ਨਵੀਂ ਚੱਲਾ ਵਾ ਗੱਡੀ ਚ ਬਾਹਰ ਓਕੇ ਬਾਏ ਫਰੈਂਡਸ ਸਭ ਤੋਂ ਪਹਿਲਾਂ ਹਾਰ ਗਿਆ ਟਾਈਮ ਕਿੰਨਾ ਆ ਅਰੇ ਓਏ ਟਾਈਮ 4:33 ਭਾਬੀ ਅੰਦਰ ਜਾਓ ਉਹ ਮੈਂ ਇੱਥੇ ਕਰ ਲੈਣਾ ਉਹ ਐਦਾਂ ਨਾ ਕਰੀ ਐਦਾਂ ਨਾ ਕਰੀ ਬਾਹਰ ਨਾ ਕਰੀ ਮੰਮਾ ਚਿੰਮੜ ਜਾਣਾ ਕੋਈ ਤੂੰ ਸੋ ਗਾਇਸ ਪੂਰੇ 1.5 ਘੰਟੇ ਬਾਅਦ ਨਾ ਵੀ ਗੱਡੀ ਚ ਬਾਹਰ ਆ ਗਈ
ਡੇਢ ਘੰਟੇ ਬਾਅਦ ਮੈਂ ਵੀ ਗੇਮ ਚ ਬਾਹਰ ਹੋ ਚੁੱਕਿਆ ਹੁਣ ਗੇਮ ਸੋਚੇ ਆ ਡੋਲਰ ਮੈਂ ਤੇ ਹੋਈ ਆ ਸਹੀ ਦੱਸ ਬੂਟ ਉੱਡ ਲੱਗਦੀ ਪਈ ਆ ਸੋਡਾ ਠੱਡਾ ਹੀ ਹੋਵੇ ਠੱਡੀ ਲੱਗਦੀ ਪਈ ਹੁਣ ਤੇ ਜਿਹੜਾ ਸੂਸੂ ਲੱਗਾ ਆ ਨਾ ਸਹੀ ਲੱਗਿਆ ਮੇਰੇ ਕੋ ਵੀ ਲੱਗਿਆ ਹੋਈ ਸੂਸੂ ਲੱਗ ਗਿਆ ਮੰਮੀ ਬਹੁਤ ਗਲਤ ਕਰਦੇ ਪਏ ਮੰਮੀ ਨੇ ਬਹੁਤ ਗਲਤ ਟੌਰਚਰ ਕੀਤਾ ਵਾ ਨਹੀਂ ਹੁੰਦਾ ਤੂੰ ਚਲਾ ਜਾ ਰੱਬ ਆ ਤੂੰ ਚਲਾ ਜਾ 2100 ਲੈ ਲਈ ਜਾ ਨਹੀਂ ਨਹੀਂ ਕੋਈ ਨਾ ਤੈਨੂੰ ਮੈਂ 2100 ਕੋਈ ਨਾ ਯਾਰ ਕੋਈ ਨਾ ਬੈਠਾ ਮੈਂ ਓਕੇ ਓਕੇ ਗਾਇਸ ਮਿਲਦੇ मुझे नहीं पता बस क्लिक हो जाना चाहिए अब मैं भी जा रहा हूँ मुझे पैसों के पीछे भागना है बाय।